ਅਸੀਂ ਜਾਣਦੇ ਹਾਂ ਭਾਈ ਜਿਹੜੇ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਵਰ ਦੀ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ, ਕਿਉਂਕਿ ਜਿਹਨਾਂ ਨੂੰ ਉਹਨੇ ਪਹਿਲੇ ਤੋਂ ਜਾਣਿਆ ਸੀ ਉਸਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਭਾਈ ਉਹਦੇ ਪੁੱਤਰ ਦੇ ਸਰੂਪ ਉੱਤੇ ਬਣਨ, ਭਾਈ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ, ਅਤੇ ਜਿਹਨਾਂ ਨੂੰ ਉਹਨਾਂ ਨੇ ਅੱਗਿਓਂ ਠਹਿਰਾਇਆ ਉਸਨੇ ਉਹਨਾਂ ਨੂੰ ਸੱਦਿਆ ਵੀ, ਅਤੇ ਜਿਹਨਾਂ ਨੂੰ ਉਸਨੇ ਸੱਦਿਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ, ਅਤੇ ਜਿਹਨਾਂ ਨੂੰ ਉਸਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਵੀ ਦਿੱਤੀ। ਉਪਰੰਤ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ, ਜਦੋਂ ਪਰਮੇਸ਼ਵਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ। ਹਾਲੇਲੂਇਆ ਹਾਲੇਲੂਇਆ। ਇਸ ਜਗ੍ਹਾ ਤੇ ਆਤਮਾ ਦੀ ਗੱਲ ਹੁੰਦੀ ਹੈ ਕਿ ਪਰਮੇਸ਼ਵਰ ਨੇ ਪਹਿਲਾਂ ਸਾਨੂੰ ਉਹਨੂੰ ਚੁਣਿਆ ਯੇਸ਼ੂ ਨੂੰ, ਫਿਰ ਉਹਨੇ ਅੱਗੇ ਠਹਿਰਾਏ, ਫਿਰ ਉਹਨਾਂ ਨੇ ਗਾਹ ਅੱਗੇ ਠਹਿਰਾਏ ਕਿ ਅਸੀਂ ਉਹਦੀ ਮਰਜ਼ੀ ਨੂੰ ਪੂਰਿਆ ਕਰੀਏ, ਤੇ ਹਰੇਕ ਸਾਡੇ ਵਿਰੋਧੀ ਦਾ ਤੁਹਾਨੂੰ ਪਤਾ, ਜੇ ਤੁਸੀਂ ਸੋਚਦੇ ਹੋਵੋਗੇ ਕਿ ਅਸੀਂ ਕਿਹੜਾ ਕਿਸੇ ਦੇ ਨਾਲ ਮਾੜਾ ਕੀਤਾ ਹੈ ਜਾਂ ਸਾਡੇ ਵੀ ਸ਼ਾਇਦ ਕਈ ਲੋਕ ਆ ਜਿਹੜੇ ਤੁਹਾਨੂੰ ਚੰਗਾ ਨਹੀਂ ਸਮਝਦੇ, ਸ਼ਾਇਦ ਕਈ ਲੋਕ ਹੈਗੇ ਆ ਜਿਹੜੇ ਤੁਹਾਨੂੰ ਪ੍ਰੇਮ ਦੇ ਬਾਰੇ ਬੜੇ ਵਿਸਥਾਰ ਦੇ ਨਾਲ ਦੱਸਿਆ। ਪਹਿਲਾ ਕਰੰਥੀਆ ਉਹਦਾ 13 ਅਧਿਆਇ ਜੋ ਤੁਸੀਂ ਪੜ੍ਹਦੇ ਆ ਲਿਖਿਆ, ਪ੍ਰੇਮ ਕਦੇ ਨਹੀਂ ਟਲਦਾ, ਪ੍ਰੇਮ ਉਹ ਹਮੇਸ਼ਾ ਤੱਕ ਉਹ ਯੁਗਾਂ ਦੇ ਅੰਤ ਤੱਕ ਰਹਿਣਾ ਹੈ। ਔਰ ਵਚਨ ਚ ਲਿਖਿਆ ਯੇਸ਼ੂ ਨੇ, ਪਰਮੇਸ਼ੁਰ ਨੇ ਜਗਤ ਨਾਲ ਪ੍ਰੇਮ ਕੀਤਾ, ਉਹਨੇ ਇੱਕ ਲੌਤਾ ਪੁੱਤਰ ਦੇ ਦਿੱਤਾ, ਜੋ ਕੋਈ ਵੀ ਇਸ ਤੇ ਵਿਸ਼ਵਾਸ ਕਰੇ ਸੋ ਨਾਸ਼ ਨਾ, ਜਿਹੜਾ ਵਿਸ਼ਵਾਸ ਕਰਦਾ ਉਹ ਨਾਸ਼, ਕਿਉਂਕਿ ਪਰਮੇਸ਼ੁਰ ਨੇ ਸਾਡੇ ਨਾਲ ਕੀ ਕੀਤਾ। ਫਿਰ ਇੱਕ ਜਗ੍ਹਾ ਲਿਖਿਆ